ਓ ਮੈਂਡੀ ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਜੂਸ ਤਾਂ ਬਾਈ ਬਹੁਤ ਸਵਾਦ ਸੀਗਾ, ਨਜ਼ਾਰਾ ਆ ਗਿਆ, ਭੁੱਖ ਵੀ ਲੱਗੀ ਸੀਗੀ। ਪਰ ਇੱਕ ਸਾਡੀ ਬੜੀ ਮਾੜੀ ਆਦਤ ਹੈ ਵੀ ਜਦੋਂ ਇਹ ਵਾਲਾ ਜੂਸ ਮੁੱਕ ਜਾਏ ਨਾ, ਸਾਨੂੰ ਬੜੀ ਇੱਕ ਗੰਦੀ ਆਦਤ ਹੈ, ਪਤਾ ਕੀ? ਐਂ ਕਰਨ ਦੀ। ਸਹੀ ਗੱਲ ਹੈ। ਅਤੇ ਸਵਾਗਤ ਕਰਦਾ ਜੀ ਪ੍ਰੋਗਰਾਮ ਦੇ ਵਿੱਚ, ਰਵਨੀਤ ਪ੍ਰੋਗਰਾਮ ਦਾ ਨਾਮ ਹੈ ਜੀ ਕੰਟੀਨੀ ਮੰਡੀਰ। ਵੈਸੇ ਤਾਂ ਸਾਡੇ ਪ੍ਰੋਗਰਾਮ ਦੇ ਨਾਂ ਤੋਂ ਹੀ ਪਤਾ ਲੱਗ ਜਾਂਦਾ ਵੀ ਪ੍ਰੋਗਰਾਮ ਦੇ ਵਿੱਚ ਅਸੀਂ ਕੀ ਦਿਖਾਵਾਂਗੇ, ਪਰ ਫਿਰ ਵੀ ਕਈ ਮੇਰੇ ਵਰਗਿਆਂ ਨੂੰ ਲੇਟ ਸਮਝ ਆਉਂਦੀ ਹੁੰਦੀ ਹੈ। ਉਹਨਾਂ ਨੂੰ ਮੈਂ ਦੱਸਦਾ ਵੀ ਕੰਟੀਨੀ ਮੰਡੀਰ ਪ੍ਰੋਗਰਾਮ ਦੇ ਰਾਹੀਂ ਅਸੀਂ ਤੁਹਾਨੂੰ ਵੱਖ ਵੱਖ ਕਾਲਜਿਸ, ਵੱਖ ਵੱਖ ਕੈਂਪਸ ਜਿਹੜੇ ਉਹਨਾਂ ਦੀ ਕੰਟੀਨ ਹੋਊਗੀ ਉਹਨਾਂ ਵਿੱਚ ਲੈ ਕੇ ਜਾਇਆ ਕਰਾਂਗੇ। ਕੰਟੀਨ ਦਾ ਮਾਹੌਲ ਕਿਹੋ ਜਿਹਾ ਹੁੰਦਾ ਹੈ ਜੀ, ਜਿਹੜੀ ਕੰਟੀਨ ਦੇ ਆਲੇ ਦੁਆਲੇ ਮੰਡੀਰ ਇਕੱਠੀ ਹੋਈ ਹੁੰਦੀ ਹੈ ਜੀ, ਸੋਹਣੇ ਸੋਹਣੇ ਮੁੰਡੇ ਕੁੜੀਆਂ, ਸੋਹਣੇ ਸੋਹਣੇ ਟੀਚਰ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ। ਅਤੇ ਅੱਜ ਅਸੀਂ ਆ ਪਹੁੰਚੇ ਹਾਂ ਜੀ ਦੂਨ ਇੰਸਟੀਚਿਊਟ, ਜਿਹੜਾ ਕਿ ਕਰਨਾਲ ਦੇ ਵਿੱਚ ਪੈਂਦਾ। ਬਹੁਤ ਸੋਹਣਾ ਇੰਸਟੀਚਿਊਟ ਹੈ ਜੀ, ਬਹੁਤ ਸੋਹਣੀ ਬਿਲਡਿੰਗ ਹੈ, ਅਤੇ ਟੀਚਰ ਬਹੁਤ ਸੋਹਣੇ ਨੇ, ਅਤੇ ਜੇ ਗੁਰੂ ਸੋਹਣੇ ਹੋਣ ਫਿਰ ਚੇਲੇ ਤਾਂ ਆਪ ਹੀ ਸੋਹਣੇ ਹੁੰਦੇ ਆ ਜੀ। ਸੋ ਸੋਹਣੇ ਸੋਹਣੇ ਚੇਲੇ ਅਤੇ ਚੇਲੀਆਂ, ਯਾਨੀ ਕਿ ਜਿਹੜੇ ਇੱਥੇ ਪੜ੍ਹਦੇ ਨੇ ਮੰਡੀਰ, ਉਹ ਸਾਡੇ ਆਲੇ ਦੁਆਲੇ ਇਕੱਠੀ ਹੋ ਚੁੱਕੀ ਜੀ। ਕੰਟੀਨ ਦਾ ਮਾਹੌਲ ਬਹੁਤ ਸੋਹਣਾ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਤੁਹਾਡਾ? ਪ੍ਰਿਆ। ਪ੍ਰਿਆ ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਕਰਨਾਲ ਤੋਂ ਬਿਲੋਂਗ ਕਰਦੀ ਹਾਂ। ਕਰਨਾਲ ਤੋਂ ਹੀ ਬਿਲੋਂਗ ਕਰਦੇ ਹੋ? ਅੱਛਾ, ਇਹ ਮੈਨੂੰ ਦੱਸੋ ਵੀ ਬਹੁਤ ਸੋਹਣੀ ਕੰਟੀਨ ਹੈ, ਤੁਸੀਂ ਵੀ ਬਹੁਤ ਸੋਹਣੇ ਹੋ, ਕਿੰਨਾ ਕੁ ਗੇੜਾ ਲਾਉਂਦੇ ਹੁੰਦੇ ਇੱਥੇ? ਦਿਨ ਵਿੱਚ ਇੱਕ ਵਾਰੀ ਤੇ ਲੱਗ ਹੀ ਜਾਂਦਾ ਹੈ ਜੀ। ਇੱਕ ਵਾਰੀ ਗੇੜੀ ਰੋਜ਼ ਲੱਗਦੀ ਹੈ। ਤੁਸੀਂ ਬੜੇ ਖੁਸ਼ ਹੋ, ਤੁਸੀਂ ਜ਼ਿਆਦਾ ਗੇੜੇ ਲਾਉਣੇ ਮੈਨੂੰ ਲੱਗਦਾ, ਹੈਨਾ ਜੀ? ਤੇ ਤੁਸੀਂ ਜੀ? ਹਾਂਜੀ ਸਰ, ਰੋਜ਼ ਹੁੰਦੇ ਆ। ਅੱਛਾ, ਰੋਜ਼ ਆਈਦਾ। ਤੇ ਇਹ ਬੰਕ ਵੀ ਇੱਥੇ ਮਾਰਦੇ ਹੁੰਦੇ ਹੋ? ਨਹੀਂ ਨਹੀਂ, ਕਈ ਵੀ ਚਲੇ ਜਾਂਦੇ ਆ। ਅੱਛਾ, ਬੰਕ ਤਾਂ ਬਾਹਰ ਲੱਗਦੇ ਆ। ਅੱਛਾ, ਤੁਹਾਨੂੰ ਪਤਾ ਕਿੱਥੇ ਆ? ਤੁਹਾਨੂੰ ਮੈਂ, ਜੇ ਬਾਈ ਕਿਸੇ ਨੇ ਬੰਕ ਮਾਰਨਾ ਹੋਵੇ ਤਾਂ ਇਹਨਾਂ ਨੂੰ ਪੁੱਛ ਲਓ ਉਹਨਾਂ ਨੂੰ ਜਗ੍ਹਾ ਕਿੱਥੇ ਜੀ। ਹਾਈਵੇ ਤੇ ਦੱਸਦੇ ਆ ਜੀ, ਹਾਈਵੇ ਤੇ ਬੰਕ ਮਾਰਦੇ ਹੁੰਦੇ ਆ। ਚਲੋ ਧਿਆਨ ਨਾਲ ਮਾਰਿਓ, ਗੱਡੀਆਂ ਬਹੁਤ ਹੁੰਦੀਆਂ ਹਾਈਵੇ ਦੇ ਉੱਤੇ। ਸੋ ਆਪਾਂ ਅੱਗੇ ਕਰਦੇ ਆ ਜੀ, ਹਾਈਵੇ ਤੇ ਬੰਕ ਮਾਰਨ ਵਾਲੀਆਂ ਕੁੜੀਆਂ ਬੈਠੀਆਂ ਜੀ। ਅੱਛਾ, ਗਾਣਾ ਕਿਹਨੂੰ ਆਉਂਦਾ ਮੈਨੂੰ ਦੱਸੋ ਪਹਿਲਾਂ। ਤੁਸੀਂ ਤਾੜੀਆਂ ਮਾਰਿਓ ਜੀ ਜ਼ਰੂਰ, ਤਾੜੀਆਂ ਸਾਰੇ ਮਾਰਨਗੇ ਬਾਈ। ਉਹ ਗੱਲ ਦੂਨ ਵੈਲੀ ਦੀ ਆਖਾਂ ਯਾਰੋ, ਇਹ ਵੀ ਚਰਚਾ ਚ ਹੋਇਆ ਏ, ਪਟੋਲਿਆਂ ਦੀ ਪਰਮਾਰ ਤੇ ਸ਼ਕੀਨ ਮੁੰਡਿਆਂ ਦਾ ਕੈਂਪਸ ਹੋਇਆ ਏ। ਅੱਛਾ ਜੀ, ਕੁੜੀਆਂ ਦੀ ਗੱਲ ਆ। ਹਾਂਜੀ ਹਾਂਜੀ, ਕਰੋ ਜੀ ਕਰੋ। ਉਹ ਨਿਤ ਟੋਰ ਸ਼ਕੀਨੀ ਲਾ ਕੇ, ਟੋਪ ਤੇ ਜੀਨਾ ਪਾ ਕੇ, ਲੈਕਚਰ ਕੁੜੀਆਂ ਲਾਉਂਦੀ ਨੀ ਏ, ਬੈਂਦੀ ਨਿਤ ਕੈਂਟੀਨ ਚ ਜਾ ਕੇ। ਓਏ ਹੋਏ ਹੋਏ ਹੋਏ, ਉਹ ਕਿਤਾਨ ਕੈਂਪਸ ਵਿੱਚ ਘੁੰਮਦੀਆਂ ਨੇ ਜਿਵੇਂ ਹੁਣ ਡੀਸੀ ਦੀਆਂ ਸਾਲੀਆਂ। ਡੀਸੀ ਦੀਆਂ ਸਾਲੀਆਂ, ਡਰ ਜਾ ਲਾਦਾ ਮੈਨੂੰ ਭਾਈ। ਕਿਤਾਨ ਕੈਂਪਸ ਵਿੱਚ ਘੁੰਮਦੀਆਂ ਨੇ ਜਿਵੇਂ ਹੁਣ ਡੀਸੀ ਦੀਆਂ ਸਾਲੀਆਂ, ਉਹ ਪੇਚੇ ਸਭ ਦੇ ਸੈੱਟ ਨੇ ਮਿੱਤਰੋ, ਇੱਥੇ ਕੀ ਗੋਰੀ ਕੀ ਕਾਲੀਆਂ। ਸੋ ਬਾਈ ਬਹੁਤ ਵਧੀਆ ਗਾਣਾ ਗਾਇਆ, ਮੈਨੂੰ ਤਾਂ ਅਜੇ ਪਹਿਲਾ ਬੰਦਾ ਜਿਹਨੇ ਗਾਣਾ ਗਾਇਆ ਤੇ ਡੀਸੀ ਦੀਆਂ ਸਾਲੀਆਂ ਪੜ੍ਹਦੀਆਂ ਭਾਈ ਇੱਥੇ। ਸੋ ਅੱਗੇ ਸਾਡੇ ਨਾਲ ਨੇ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ, ਸੋਰੀ। ਹਾਂਜੀ, ਤੇ ਕੀ ਹਾਲ ਚਾਲ ਹੈ ਜੀ? ਇਹ ਜੋ ਆਪਣੇ ਆਂਖੋਂ ਮੇਂ ਡਾਲਾ ਹੋਇਆ, ਇਹ ਲੈਂਸ ਹੈ ਜਾਂ ਇਹ ਨੈਚੁਰਲੀ ਐਸੀ ਆਈਜ਼ ਹੈ? ਨੈਚੁਰਲੀ ਐਸੀ ਆਈਜ਼ ਹੈ। ਅੱਛਾ ਅੱਛਾ ਅੱਛਾ। ਔਰ ਇਹ ਜੋ ਮਹਿੰਦੀ ਲਗਾਈ ਹੋਈ ਹੈ ਆਪਨੇ, ਮੈਂ ਦੇਖ ਰਹਾ ਹੂੰ, ਇਹ ਕਿਸੇ ਖੁਸ਼ੀ ਮੇਂ ਕੋਈ ਸ਼ਾਦੀ ਹੈ ਆਪ ਇੰਜੋਏ ਕਰਕੇ ਆਏ ਹੋ ਜਾਂ ਵੈਸੇ ਹੀ? ਅੱਛਾ ਅੱਛਾ, ਚਲੋ ਠੀਕ ਹੈ, ਘਬਰਾਉਣਾ ਨੀ, ਪਾਣੀ ਪੂਣੀ ਪਿਆ ਕਰੋ, ਠੀਕ ਹੈ ਜੀ। ਸੋ ਆਪਾਂ ਅੱਗੇ ਚੱਲਦੇ ਹਾਂ ਜੀ, ਬਾਈ ਪੱਗਾਂ ਵਾਲੇ ਖੜੇ ਨੇ ਜੀ ਸਾਡੇ ਵਿੱਚ, ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਵਧੀਆ ਜੀ। ਤੁਹਾਡਾ ਜੀ? ਬਹੁਤ ਵਧੀਆ ਜੀ। ਵੀਰੇ ਕੀ ਨਾਮ ਤੁਹਾਡਾ? ਹਰਜੀਤ ਜੀ। ਪੱਗ ਬਹੁਤ ਸੋਹਣੀ ਹੈ, ਪੰਜ ਲੜੀ, ਕਿੰਨਾ ਕੁ ਟਾਈਮ ਲਾਉਂਦੇ ਹੁੰਦੇ ਹੋ? ਪੰਜ ਮਿੰਟ। ਕੀ ਨਾਮ ਦੱਸਿਆ ਸੀਗਾ ਵੀਰੇ? ਗੁਰਭੇਜ ਸਿੰਘ। ਗੁਰਭੇਜ ਸਿੰਘ ਜੀ ਸਾਡੇ ਵਿੱਚ ਗਾਣਾ ਸੁਣਾਉਣਗੇ, ਸੋਹਣਾ ਜਿਹਾ, ਆਜੋ ਭਾਜੀ। ਉਹ ਬੁਲਟ ਤੇ ਆਉਂਦਿਆਂ ਨੂੰ ਪੂਰੀਆਂ ਚੜਾਈਆਂ ਨੇ, ਨਜ਼ਰਾਂ ਮਿਲਣ ਕਿੱਦਾਂ ਐਨਕਾਂ ਲਗਾਈਆਂ ਨੇ, ਹੈਗਾ ਜੇ ਪਿਆਰ ਜਾ ਕੇ ਕਰੋ ਇਜ਼ਹਾਰ, ਖੜ ਅੱਡੇ ਤੇ ਵੀ ਕਾਦੀ ਕੁੜੀ ਛੇੜੀ, ਹੈਗਾ ਜੇ ਪਿਆਰ ਜਾ ਕੇ ਕਰੋ ਇਜ਼ਹਾਰ, ਖੜ ਅੱਡੇ ਤੇ ਵੀ ਕਾਦੀ ਕੁੜੀ ਛੇੜੀ। ਅੱਲੜ ਖਿਡਾਰੀ ਕਹਿਣਾ ਮੰਨਦਾ ਨੀ ਕੋਚਦਾ, ਨਸ਼ਾ ਏ ਜਵਾਨੀ ਵਾਲਾ ਕੁਝ ਵੀ ਨੀ ਸੋਚਦਾ, ਅੱਲੜ ਖਿਡਾਰੀ ਕਹਿਣਾ ਮੰਨਦਾ ਨੀ ਕੋਚਦਾ, ਨਸ਼ਾ ਏ ਜਵਾਨੀ ਵਾਲਾ ਕੁਝ ਵੀ ਨੀ ਸੋਚਦਾ, ਸਰ ਕਹਿੰਦੇ ਚੱਜ ਨਾਲ ਪੜ ਲੈ ਸ਼ੁਦਾਈਆ, ਨਹੀਂ ਤੇ ਬਾਅਦ ਵਿੱਚ ਲਾਉਣੀ ਪੈ ਜੂ ਰੇੜੀ। ਸਰ ਕਹਿੰਦੇ ਚੱਜ ਨਾਲ ਪੜ ਲੈ ਸ਼ੁਦਾਈਆ, ਨਹੀਂ ਤੇ ਬਾਅਦ ਵਿੱਚ ਲਾਉਣੀ ਪੈ ਜੂ ਰੇੜੀ, ਹੈਗਾ ਜੇ ਪਿਆਰ ਜਾ ਕੇ ਕਰੋ ਇਜ਼ਹਾਰ, ਖੜ ਅੱਡੇ ਤੇ ਵੀ ਕਾਦੀ ਕੁੜੀ ਛੇੜੀ। ਅੱਛਾ, ਤੁਹਾਡਾ ਫੇਵਰੇਟ ਸਿੰਗਰ ਕੌਣ ਹੈ ਭਾਜੀ? ਸਤਿੰਦਰ ਸਰਤਾਜ। ਸਤਿੰਦਰ ਸਰਤਾਜ ਇਹਨਾਂ ਦੇ ਫੇਵਰੇਟ ਸਿੰਗਰ ਨੇ ਤੁਹਾਡੇ, ਤੇ ਕੋਈ ਦੋ ਲਾਈਨਾਂ ਉਹਨਾਂ ਦੀਆਂ? ਔਖੀਆਂ? ਸਿਰਫ ਸੁਣਨਾ ਹੀ ਪਸੰਦ ਆ, ਆਪਾਂ ਨੂੰ ਗਾਉਣਾ ਨਹੀਂ ਪਸੰਦ? ਗਾਉਣਾ ਨਹੀਂ ਪਸੰਦ। ਅੱਛਾ, ਚਲੋ ਠੀਕ ਹੈ ਜੀ। ਸੋ ਇਹਨਾਂ ਨੂੰ ਸਤਿੰਦਰ ਸਰਤਾਜ ਪਸੰਦ ਸੀਗੇ ਜੀ, ਮੈਨੂੰ ਵੀ ਬਹੁਤ ਪਸੰਦ ਨੇ, ਬਹੁਤ ਉੱਚ ਲੈਵਲ ਦੇ ਗਾਇਕ ਨੇ। ਸੋ ਸਾਨੂੰ ਗਾਣਾ ਵੀ ਇਹਦੇ ਵੀਰੇ ਨੇ ਸੁਣਾਇਆ ਨਹੀਂ, ਕੋਈ ਚੱਕਰ ਨਹੀਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ? ਰੋਹਿਤ। ਅੱਛਾ, ਇੱਕ ਟੰਗ ਟਵਿਸਟਰ ਹੈ ਜੀ, ਉਹ ਤੁਸੀਂ ਬੋਲ ਕੇ ਦੱਸਣਾ, ਠੀਕ ਹੈ ਜੀ? ਪੰਜ ਵਾਰ ਬੋਲਣਾ, ਟੰਗ ਟਵਿਸਟਰ ਸਮਝ ਜਾਂਦੇ ਹੋ?
ਤੁਹਾਨੂੰ ਬੋਲ ਕੇ ਇੱਕ ਵਾਰ ਮੈਂ ਦੱਸੂਗਾ ਫਿਰ ਵੀ ਟੰਗ ਟਵਿਸਟਰ ਹੈਗਾ ਦਵਿੰਦਰ ਦਾਦੀ ਦੇ ਦੋ ਦਿਨ ਦੁੱਖ ਦੇ ਦਿੱਲੀ ਦੇ ਦੁਕਾਨਦਾਰ ਦਵਿੰਦਰ ਦਾਦੀ ਦੇ ਦੋ ਦਿਨ ਦੁੱਖ ਨੇ ਦਵਾਈ ਦੇ ਆ ਜਾਓ ਫਿਰ ਹਾਂਜੀ ਦਿੱਲੀ ਦੀ ਦਾਦੀ ਦੇ ਦੋ ਦਿਨ ਦੁੱਖ ਨਹੀਂ ਦਾਦੀ ਦਿੱਲੀ ਦੀ ਥੋੜੀ ਆ ਦਿੱਲੀ ਦੀ ਦਾਦੀ ਦੇ ਦੋ ਦਿਨ ਦੁੱਖ ਦੇ ਦਿੱਲੀ ਦੀ ਦਾਦੀ ਨਹੀਂ ਹੈਗੇ ਯਾਰ ਇਹ ਪਤੰਦਰ ਦਾਦੀ ਦਿੱਲੀ ਦੀ ਬਣਾਈ ਜਾਂਦੇ ਹਾਂਜੀ ਤੁਸੀਂ ਜੀ ਦਿੱਲੀ ਦੇ ਦਵਿੰਦਰ ਦੇ ਦੋ ਦਿੱਲੀ ਦੇ ਦਵਿੰਦਰ ਨਹੀਂ ਦੇਖੋ ਦਵਿੰਦਰ ਦੀ ਦਾਦੀ ਦੇ ਦੋ ਦਿਨ ਦੁੱਖ ਦੇ ਦਿੱਲੀ ਦੇ ਦੁਕਾਨਦਾਰ ਦਵਿੰਦਰ ਦੀ ਦਾਦੀ ਦੇ ਦੋ ਦਿਨ ਦੁੱਖ ਨਹੀਂ ਦਵਾਈ ਦੇ ਦਿੱਲੀ ਦੇ ਦਵਿੰਦਰ ਸੋ ਆਪਾਂ ਅੱਗੇ ਹੁੰਦੇ ਬਈ ਟੰਗ ਟਵਿਸਟਰ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦਵਿੰਦਰ ਦੀ ਦਾਦੀ ਦੇ ਦੋ ਦਿਨ ਦੁੱਖ ਦੇ ਦਿੱਲੀ ਦੇ ਦੁਕਾਨਦਾਰ ਦਵਿੰਦਰ ਦੀ ਦਾਦੀ ਦੇ ਦੋ ਦਿਨ ਦੁੱਖ ਨਹੀਂ ਦਵਾਈ ਦੇ ਇਹ ਬੋਲਣਾ ਪੰਜ ਵਾਰ ਦਿੱਲੀ ਦੇ ਦੁਕਾਨਦਾਰ ਦਵਿੰਦਰ ਦੇ ਦਾਦੀ ਸ਼ੁਰੂ ਹੋਏਗਾ ਦਵਿੰਦਰ ਦੀ ਦਾਦੀ ਦੇ ਦੋ ਦਿਨ ਦੁੱਖ ਦੇ ਦਿੱਲੀ ਦੇ ਦੁਕਾਨਦਾਰ ਦਵਿੰਦਰ ਦੀ ਦਾਦੀ ਦੇ ਦੋ ਦਿਨ ਦੁੱਖ ਨਹੀਂ ਦਵਾਈ ਦੇ ਦਿੱਲੀ ਦੇ ਦੁਕਾਨਦਾਰ ਦਾਦੀ ਦਵਿੰਦਰ ਦੀ ਯਾਰ ਦਵਿੰਦਰ ਕੀ ਦਾਦੀ ਕੇ ਦੋ ਦਿਨ ਦੁੱਖਦੇ ਹੈ ਦਿੱਲੀ ਕੇ ਦੁਕਾਨਦਾਰ ਦਵਿੰਦਰ ਕੀ ਦਾਦੀ ਕੇ ਦੋ ਦਿਨ ਦੁੱਖਨੇ ਕੀ ਦਵਾਈ ਦੋ ਦਿੱਲੀ ਕੀ ਦਾਦੀ ਕੀ ਨਹੀਂ ਦਾਦੀ ਦਿੱਲੀ ਬਾਈ ਪਿੱਛੇ ਵੀ ਹੈਗੇ ਜੀ ਆਜੋ 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 ਦਵਿੰਦਰ ਦੀ ਦਾਦੀ ਦੇ ਦੋ ਦੱਖ ਦੁੱਧੇ ਦੋ ਦੱਖ ਨਹੀਂ ਦੰਦ ਦੁੱਖਦੇ ਹਾਂਜੀ ਦਿੱਲੀ ਦੇ ਦੁਕਾਨਦਾਰ ਦਵਿੰਦਰ ਦੀ ਦਾਦੀ ਦੇ ਸ਼ਾਮ ਕਰ ਦੇਗਾ ਵੀਰੇ ਦਵਿੰਦਰ ਕੀ ਦਾਦੀ ਕੇ ਦੋ ਦਾਂ ਦੁਖਤੇ ਹੈ ਦਿੱਲੀ ਕੇ ਦੁਕਾਨਦਾਰ ਦਵਿੰਦਰ ਕੀ ਦਾਦੀ ਕੇ ਦੋ ਦਾਂ ਦੁਖਨੇ ਕੀ ਦਵਾਈ ਦੋ ਦਵਿੰਦਰ ਕੀ ਦਾਦੀ ਕੇ ਦੋ ਦਾਂ ਦੁਖਤੇ ਹੈ ਦਿੱਲੀ ਕੇ ਦੁਕਾਨਦਾਰ ਦੁਕਾਨਦਾਰ ਦਿੱਲੀ ਕੇ ਦੁਕਾਨਦਾਰ ਦਿੱਲੀ ਦਵਿੰਦਰ ਕੀ ਦਾਦੀ ਕੇ ਦੋ ਦਾਂ ਦੁਖਨੇ ਕੀ ਦਵਾਈ ਦੋ ਇੱਕ ਵਾਰ ਹੋ ਗਿਆ ਪੰਜ ਵਾਰ ਬੋਲਣਾ ਜੀ ਪੰਜ ਦਵਿੰਦਰ ਕੀ ਦਾਦੀ ਕੇ ਦੋ ਦਾਂ ਦੁਖਤੇ ਹੈ ਦਿੱਲੀ ਕੇ ਦੁਕਾਨਦਾਰ ਦਵਿੰਦਰ ਕੀ ਦਾਦੀ ਕੇ ਦੋ ਦਾਂ ਦੁਖਨੇ ਕੀ ਦਵਾਈ ਦੋ ਚਲੋ ਠੀਕ ਹੈ ਦੋ ਵਾਰ ਦਵਿੰਦਰ ਕੀ ਦਾਦੀ ਕੇ ਦੋ ਦਾਂ ਦੁਖਤੇ ਹੈ ਦਿੱਲੀ ਕੇ ਦੁਕਾਨਦਾਰ ਦਵਿੰਦਰ ਕੀ ਦਾਦੀ ਕੇ ਦੋ ਦਾਂ ਦੁਖਨੇ ਕੀ ਦਵਾਈ ਦੋ ਬਹੁਤ ਸਹੀ ਤਿੰਨ ਵਾਰ ਸ਼ਾਬਾਸ਼ ਦਵਿੰਦਰ ਕੀ ਦਾਦੀ ਕੇ ਦੋ ਦਾਂ ਦੁਖਤੇ ਹੈ ਦਿੱਲੀ ਕੇ ਦੁਕਾਨਦਾਰ ਦਵਿੰਦਰ ਕੀ ਦਾਦੀ ਕੇ ਦੋ ਦਾਂ ਦੁਖਨੇ ਕੀ ਦਵਾਈ ਦੋ ਬਹੁਤ ਵਧੀਆ ਇੱਕ ਵਾਰ ਹੋਰ ਰਹਿ ਗਿਆ ਦਿੱਲੀ ਕੇ ਦਵਿੰਦਰ ਕੀ ਦਾਦੀ ਕੇ ਦੋ ਦਾਂ ਦੁਖਤੇ ਹੈ ਦਿੱਲੀ ਕੇ ਦੁਕਾਨਦਾਰ ਦਵਿੰਦਰ ਕੀ ਦਾਦੀ ਕੇ ਦੋ ਦਾਂ ਦੁਖਨੇ ਕੀ ਦਵਾਈ ਦੋ ਤਾਰੇ ਹੋਏ ਬੜੀ ਜਿੱਤ ਗਈ ਓਏ ਥੈਂਕ ਯੂ ਮੀਨਾਕਸ਼ੀ ਜੀ ਸੋ ਬਾਈ ਕੰਟੀਨੀ ਮੰਡੀਰ ਦੇ ਵਿੱਚ ਪੂਰੀ ਗਰਮੋ ਗਰਮਾਹਟ ਚੱਲ ਰਹੀ ਹੈ ਮੁੰਡੇ ਕੁੜੀਆਂ ਨੇ ਗਾਣੇ ਗੁਣੇ ਵੀ ਸੁਣਾਏ ਆ ਤੇ ਇੱਕ ਕੁੜੀ ਨੇ ਦਵਿੰਦਰ ਦੀ ਦਾਦੀ ਦੇ ਜਿਹੜੇ ਦੋ ਦਾਂ ਦੁਖਦੇ ਸੀ ਉਹਨੂੰ ਦਵਾਈ ਲੈ ਕੇ ਦੇ ਦਿੱਤੀ ਹੁਣ ਬਾਈ ਮੇਰੇ ਨਾਲ ਓਏ ਹੋਏ 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 ਕੀ ਨਾਂ ਕੀ ਹੈ ਰਾਜਨ ਜੀ ਜੇ ਜੋ ਜੁਲਫੇ ਹੈ ਇਹ ਕਿਤਨਾ ਕੁ ਟਾਈਮ ਲਗਾਤੇ ਹੋਏ ਨੇ ਪੇ ਹਾਂਜੀ ਜਸਟ 5 ਮਿੰਟ ਅੱਛਾ ਇਹ ਐਂ ਰਹਿੰਦੇ ਸਾਰਾ ਦਿਨ ਆਹੋ ਆਹੋ ਖੈਰੀ ਮਾਨ ਨਾਲੋਂ ਬਾਈ ਘੱਟ ਨਹੀਂ ਵੈਸੇ ਅੱਛਾ ਮੈਨੂੰ ਇਹ ਦੱਸੋ ਵੀ ਬੰਕ ਮੁੰਕ ਮਾਰਦੇ ਹੋ ਨੇ ਜਿਹੜੇ ਮਾਸਟਰ ਸੁਣਦੇ ਪਏ ਨੇ ਸੁਣ ਲਿਓ ਦੂਨ ਕਾਲਜ ਵਾਲਿਓ ਬਈ ਇਹ ਮੁੰਡਾ ਮੌਲਾਂ ਜਾ ਜਾ ਬੰਕ ਮਾਰਦਾ ਹਾਂਜੀ ਬੜੀ ਸਿਹਤ ਬਣਾਈ ਹੈ ਬਾਈ ਗੁਰਮੀਤ ਸਿੰਘ ਜੀ ਨੇ ਚੰਗੀ ਸਿਹਤ ਬਣਾਈ ਹੈ ਗਾਣਾ ਗੁਣਾ ਗਾ ਲੈਂਦੇ ਹੋ ਅੱਛਾ ਕਿਹੜਾ ਸਿੰਗਰ ਕਿਹੜਾ ਪਸੰਦ ਆ ਸਿੰਗਰ ਹਰਭਜਨ ਮਾਨ ਸਿੰਗਰ ਇਹਨਾਂ ਨੂੰ ਹਰਭਜਨ ਮਾਨ ਜੀ ਪਸੰਦ ਨੇ ਤੇ ਸੁਣਾਓ ਫਿਰ ਵੀ ਗਾਣਾ ਕੋਈ ਆਪਣਾ ਸੁਣਾ ਦਿਆ ਹਾਂ ਆਪਣਾ ਸੁਣਾਓ ਬਾਈ ਜਦੋਂ ਵੇਖਿਆ ਸੀ ਪਹਿਲੀ ਵਾਰ ਉਦ ਹੋ ਗਿਆ ਸੀ ਤੇਰੇ ਨਾਲ ਪਿਆਰ ਜਦੋਂ ਵੇਖਿਆ ਸੀ ਪਹਿਲੀ ਵਾਰ ਉਦ ਹੋ ਗਿਆ ਸੀ ਤੇਰੇ ਨਾਲ ਪਿਆਰ ਪਲ ਪਲ ਹੁਣ ਤੇਰੀ ਯਾਦ ਸਤਾਉਂਦੀ ਪਲ ਪਲ ਹੁਣ ਤੇਰੀ ਯਾਦ ਸਤਾਉਂਦੀ ਲੱਗਦਾ ਹੋ ਗਿਆ ਪਿਆਰ ਜਦੋਂ ਵੇਖਿਆ ਸੀ ਪਹਿਲੀ ਵਾਰ ਉਦ ਹੋ ਗਿਆ ਸੀ ਤੇਰੇ ਨਾਲ ਪਿਆਰ ਥੈਂਕ ਯੂ ਬਾਈ ਗਾਣਾ ਬਹੁਤ ਸੋਹਣਾ ਸੀਗਾ ਗਾਣਾ ਦੇਖੋ ਗਰਮ ਜਿਹਾ ਸੀਗਾ ਤੇ ਇੱਧਰ ਭਿੱਜ ਗਈ ਕੁੜਤੀ ਨਾਲ ਪਸੀਨੇ ਲਾਲ ਕੁੜੇ ਸੋ ਮੈਂ ਸ਼ਰਟ ਚੇਂਜ ਕਰਾਂ ਵਾਂ ਮਿਲਦੇ ਹਾਂ ਜੀ ਇੱਕ ਨਿੱਕੇ ਜੇ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਜੀ ਰਵਨੀਤ ਵੱਲੋਂ ਪ੍ਰੋਗਰਾਮ ਕੰਟੀਨੀ ਮੰਡੀਰ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇੱਕ ਵਾਰੀ ਫਿਰ ਮਾਹੌਲ ਪੂਰਾ ਗਰਮ ਸੀਗਾ ਜੀ ਅਤੇ ਉਸੇ ਮਾਹੌਲ ਦੇ ਵਿੱਚ ਤੁਹਾਨੂੰ ਵਾਪਸ ਲੈ ਕੇ ਆਉਂਦੇ ਹਾਂ ਆ ਪਿੱਛੇ ਕੁੜੀਆਂ ਖੜੀਆਂ ਜੀ 4-5 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੋਲਦੀਆਂ ਪਿਆਰ ਨਾਲ ਸਤਿ ਸ਼੍ਰੀ ਅਕਾਲ ਅੱਛਾ ਇਹ ਬਤਾਓ ਕਿ ਜੋ ਲੜਕੇ ਹੋਤੇ ਹੈ ਉਹ ਫੁਕਰੇ ਹੋਤੇ ਹੈਂ ਬਹੁਤ ਹੋਤੇ ਹੈ ਅੱਛਾ ਉਹ ਕੈਸੇ ਫੁਕਰੀ ਮਾਰਤੇ ਹੈ ਸੋਚੋ ਕੋਲਰ ਉੱਪਰ ਕਰਕੇ ਕੈਸੇ 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 ਕੋਈ ਫੁਕਰੀ ਮਾਰਦਾ ਹੋਇਆ ਮੁੰਡਾ ਕਦੇ ਲੱਭਿਆ ਅੱਛਾ ਕੀ ਕੁਛ ਕਰਦੇ ਹੁੰਦੇ ਬਸ ਬੁਲਟ ਦੇ ਪਿੱਛੇ ਆ ਕੇ ਤੇ ਬੁਲਟ ਕੇ ਪਟਾਕੇ ਮਾਰ ਕੇ ਅੱਛਾ ਪਟਾਕੇ ਮਾਰ ਕੇ ਸੋ ਜੀ ਮਿੱਤਰੋ ਬੁਲਟ ਦੇ ਪੈਂਦੇ ਆ ਜੀ ਪਟਾਕੇ ਸੋ ਭਾਈ ਨਾ ਮਾਰਿਆ ਕਰੋ ਪਟਾਕੇ ਪਟੂਕੇ ਸੋ ਬਹੁਤ ਵਧੀਆ ਕੁੜੀਆਂ ਨੇ ਜਵਾਬ ਦਿੱਤਾ ਅੱਛਾ ਇਹ ਤਾਂ ਗੱਲ ਹੋ ਗਈ ਫੁਕਰਿਆਂ ਵਾਲੇ ਪਰ ਵਰੇ ਫੁਕਰੇ ਨਹੀਂ ਆਪਾਂ ਫੁਕਰੇ ਨਹੀਂ ਕੋਈ ਨਹੀਂ ਮੈਂ ਤੁਹਾਡੇ ਨਾਲ ਹੈਗਾ ਤੇ ਬੋਲੀਆਂ ਆਉਂਦੀਆਂ ਤੁਹਾਨੂੰ ਸੁਣਾਓ ਫਿਰ ਇਕੱਠੀਆਂ ਹੋ ਕੇ ਸੁਣਾ ਦਿਓ ਬੀਬੀਆਂ ਜਿਵੇਂ ਜਾਗੂ 'ਚ ਨਹੀਂ ਕੱਢਦੇ ਹੁੰਦੇ ਉਵੇਂ ਸੁਣਾ ਦਿਓ ਆਣ ਦਿਓ ਪੱਤਾ ਲੈ ਕੇ ਚਲੀ ਖੇਤ ਨੂੰ ਪੱਤਾ ਲੈ ਕੇ ਚਲੀ ਖੇਤ ਨੂੰ ਸਿਰ ਤੇ ਲੈ ਕੇ ਪੱਲਾ ਚੌਧਰੀਆਂ ਦਾ ਮੁੰਡਾ ਮਿਲ ਗਿਆ
ਭਾਈ ਬਹੁਤ ਬਹੁਤ ਖੁਸ਼ੀ ਆ ਬਈ ਚੌਧਰੀਆਂ ਦੇ ਮੁੰਡੇ ਨੂੰ, ਜਿੰਨੇ ਚੌਧਰੀਆਂ ਦੇ ਮੁੰਡੇ ਦੇਖੀ ਜਾਂਦੇ ਆ ਭਾਈ, ਖੁਸ਼ ਹੋ ਜਾਓ ਤੁਸੀਂ ਕੁੜੀਆਂ ਮਨਾ ਲਈਆਂ, ਤੁਸੀਂ ਜਿੱਤ ਗਏ। ਸੋ ਥੈਂਕ ਯੂ ਜੀ, ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ। ਆ ਜਾਓ ਬਾਈ, ਆ ਜਾਓ, ਆ ਜਾਓ, ਅੱਗੇ ਆ ਜਾਓ ਯਾਰ। ਤੁਸੀਂ ਡਰੈਸ ਡਰੁੱਸ ਨਹੀਂ ਪਾਈ, ਕੀ ਚੱਕਰ ਹੈ? ਬਾਕੀ ਸਾਰੇ ਡਰੈਸ 'ਚ ਆਉਂਦੇ ਆ। ਅੱਛਾ ਅੱਛਾ, ਨਵੇਂ ਨਵੇਂ ਆਏ, ਕਹਿੰਦੇ ਨਵੇਂ ਨਵੇਂ ਆਏ, ਅਸੀਂ ਡਰੈਸ ਨਹੀਂ ਪਾਉਣੀ। ਅੱਛਾ ਮੈਨੂੰ ਇਹ ਦੱਸੋ, ਜੇ ਕੁੜੀ ਨੂੰ ਇੰਪ੍ਰੈਸ ਕਰਨਾ ਹੋਵੇ ਤਾਂ ਕਿੱਦਾਂ ਕਰੀਦਾ? ਪ੍ਰਪੋਜ਼ ਮਾਰ ਕੇ ਜੀ ਭਾਈ। ਨਹੀਂ ਪ੍ਰਪੋਜ਼ ਕਰਕੇ, ਸਪੋਜ਼ ਕਰੋ ਮੈਂ ਕੁੜੀ ਆ। ਹਾਂਜੀ, ਇਧਰ ਆ, ਇਧਰ ਆ। ਸੋ ਦੇਖਦੇ ਆ ਬਈ ਕਿਵੇਂ ਪ੍ਰਪੋਜ਼ ਕਰਦਾ ਹੈ, ਸਟਾਈਲ ਦੇਖਦੇ ਆ ਆਪਾਂ। ਆ ਜਾਓ, ਬਾਈ ਗੋਡਿਆਂ ਤੇ ਆ ਗਿਆ ਤੇ ਇਹਦਾ ਪ੍ਰਪੋਜ਼ ਅਸੀਂ ਕਰ ਲਏ ਬਾਈ ਅਕਸੈਪਟ। ਚਲੋ ਠੀਕ ਹੈ ਜੀ, ਆਓ ਫਿਰ ਆਓ। ਪਿਆਰ ਹੈ, ਬਹੁਤ ਪਿਆਰਾ, ਬਹੁਤ ਪਿਆਰਾ ਮੇਰਾ ਬੱਚਾ। ਕੀ ਹਾਲ ਚਾਲ ਵੀਰੇ? ਵਧੀਆ ਵੀਰੇ, ਬਸ ਵੀਰੇ ਕੱਢੋ ਡੌਲੀ ਜਰਾ, ਦੇਖੋ ਜੀ ਮੁੰਡੇ ਦੀਆਂ ਡੌਲੀਆਂ। ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੇ ਬਰਗਰ ਪੀਜੇ ਕੰਮ ਆਉਣੇ। ਸੋ ਅੱਛਾ, ਗਾਣਾ ਗੁਣਾ ਆਉਂਦਾ? ਜ਼ਰੂਰ ਭਾਜੀ। ਸੁਣਾਓ ਗਾਣਾ। ਅਸੀਂ ਸਿੱਧੇ ਸਾਦੇ ਜਿਹੇ ਪਿੰਡੂ ਜੱਟ ਨਹੀਂ, ਓਏ ਹੋਏ, ਜੇ ਤੂੰ ਯੰਕਣ ਤੇ ਅਸੀਂ ਕਿਹੜਾ ਕੱਟ ਨਹੀਂ, ਓਏ ਹੋਏ, ਉਹ ਲੈ ਕੇ ਚੈਨ ਦਾ ਮੋਬਾਈਲ ਨਹੀਂ ਰੀਸਾਂ, ਮਾਰੇ ਫੁਕਰੇ ਸਟਾਈਲ, ਓਏ ਹੋਏ, ਐਵੇਂ ਬਣਨਾ ਕਵੀਨ ਕੁੜੀਏ। ਅੱਛਾ, ਮੁੰਡਾ ਉਹਨੇ ਦੀਆਂ ਪਾਉਂਦਾ ਹੀ ਜਰਾਬਾਂ, ਜਿੰਨੇ ਦੀ ਤੇਰੀ ਜੀਨ ਕੁੜੀਏ। ਭਾਈ ਲੱਗਦਾ ਮੁੰਡੇ ਦੀ ਜਰਾਬ ਚਾਂਦੀ ਦੀ ਹੋਊਗੀ ਫਿਰ। ਜ਼ਰੂਰ ਭਾਜੀ। ਹਾਂਜੀ, ਚਲੋ ਠੀਕ ਹੈ ਭਾਈ, ਤਰੱਕੀਆਂ ਕਰੋ, ਪੜ੍ਹਿਆ ਪੁੜਿਆ ਕਰੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ? ਵਧੀਆ। ਅਤੇ ਪਹਿਲਾਂ ਜਦੋਂ ਮੈਂ ਤੁਹਾਡੇ ਕੋਲ ਆਇਆ ਸੀਗਾ, ਤੁਸੀਂ ਉਦੋਂ ਗਾਣਾ ਨਹੀਂ ਸੁਣਾਇਆ ਆਪਣੇ, ਟੰਗ ਟਵਿਸਟਰ ਵਿੱਚ ਹੀ ਲੰਘੇ ਆਪਾਂ। ਸੋ ਹੁਣ ਇੱਕ ਕੋਈ ਗਾਣਾ, ਕੋਈ ਬੋਲੀ? ਅਸੀਂ ਇਸ਼ਕ ਦੇ ਸਾਈਨ ਬੋਰਡ ਤੇ ਵੈਲਕਮ ਲਿਖ ਕੇ ਲਾਇਆ ਨੀ, ਤਾੜੀ ਬਾਈ ਓਏ, ਫੇਸਬੁੱਕ ਤੇ ਮਿਸ ਯੂ ਬੇਬੀ ਸਟੇਟਸ ਅੱਜ ਮੈਂ ਪਾਇਆ ਨੀ, ਡੋਲੇ ਉੱਤੇ ਤੇਰੇ ਨਾਂ ਦਾ, ਡੋਲੇ ਉੱਤੇ ਤੇਰੇ ਨਾਂ ਦਾ ਟੈਟੂ ਮੈਂ ਖੁਣਵਾਇਆ ਨੀ, ਬੁਲਟ ਦੀ ਟੈਂਕੀ ਤੇ ਲਿਖਵਾਇਆ, ਬੁਲਟ ਦੀ ਟੈਂਕੀ ਤੇ ਲਿਖਵਾਇਆ, ਬੁਲਟ ਦੀ ਟੈਂਕੀ ਤੇ। ਹਾਂਜੀ ਹਾਂਜੀ, ਇਹ ਮੁੰਡਾ ਅੱਜ ਕੱਲ ਆਪਣੇ ਘਰ ਵਾਲੇ ਦੇ ਟੀਵੀ ਸੀਰੀਅਲ ਤੋਂ ਪਰੇਸ਼ਾਨ ਹੋ ਗਏ। ਕੀ ਕਹਿੰਦਾ? ਉਹ ਜਦੋਂ ਤੇ ਹੋ ਗਏ ਚੈਨਲ ਵਾਲੇ ਲੱਚਰ ਹੋ ਗਿਆ ਗੋਣਾ, ਵੇ ਬਾਪੂ ਕਹਿੰਦਾ ਡਿਸਕਵਰੀ ਤੇ, ਉਹ ਬਾਪੂ ਕਹਿੰਦਾ ਡਿਸਕਵਰੀ ਤੇ ਸ਼ੇਰ ਨੇ ਝੋਟਾ ਟਾਉਣਾ, ਵੇ ਬੋਟੀ ਕਹਿੰਦੀ ਕਲਰ ਚੈਨਲ ਤੇ, ਕੀ ਕਹਿੰਦੀ ਬਾਈ? ਬੋਟੀ ਕਹਿੰਦੀ ਕਲਰ ਚੈਨਲ ਤੇ ਸੀਰੀਅਲ ਉਤਰਨ ਆਉਣਾ, ਇਹ ਕੁੜੀਆਂ ਕਿਹੜਾ ਕੱਟ ਨੇ ਮਿੱਤਰੋ, ਭਾਈ ਜਮਾ ਕੱਟ ਨਹੀਂ ਹੈਗੀਆਂ, ਇਹ ਕੁੜੀਆਂ ਕਿਹੜਾ ਕੱਟ ਨੇ ਮਿੱਤਰੋ, ਕਹਿੰਦੀਆਂ ਫੈਸ਼ਨ ਟੀਵੀ ਲਾਉਣਾ, ਆਪਾਂ ਮੁੰਡਿਆਂ ਨੇ ਸੱਭਿਆਚਾਰ ਬਚਾਉਣਾ, ਆਪਾਂ ਮੁੰਡਿਆਂ ਨੇ ਸੱਭਿਆਚਾਰ ਬਚਾਉਣਾ, ਆਪਾਂ ਮੁੰਡਿਆਂ ਨੇ। ਤੇ ਮੁੰਡੇ ਕਹਿੰਦੇ ਵੀ ਅਸੀਂ ਨਹੀਂ ਘੱਟ, ਕੁੜੀਆਂ ਕਹਿੰਦੀਆਂ ਅਸੀਂ ਨਹੀਂ ਘੱਟ। ਮੈਂ ਸੋਚਿਆ ਵੀ ਇਹਨਾਂ ਦੀ ਟੀਮ ਬਣਾ ਦਈਏ ਆਪਾਂ, ਦੋ ਟੀਮਾਂ ਬਣਾ ਦਈਏ। ਕੁੜੀਓ ਤੁਸੀਂ ਐਂ ਕਰੋ, ਤੁਸੀਂ ਇਹਦੇ ਨੂੰ ਆ ਜਾਓ, ਆ ਜਾਓ, ਆ ਜਾਓ, ਸ਼ਾਬਾਸ਼, ਇਕੱਠੀਆਂ ਹੀ ਤੁਰਦੀਆਂ, ਬਹੁਤ ਭੈਣਾਂ ਜੀ ਯੂਨਿਟੀ। ਹਾਂਜੀ, ਤੁਸੀਂ ਵੀ ਆਓ ਜੀ। ਸੋ ਲਓ ਵੀ ਇੱਕ ਪਾਸੇ ਮੁੰਡੇ ਅਤੇ ਇੱਕ ਪਾਸੇ ਕੁੜੀਆਂ, ਠੀਕ ਹੈ ਜੀ? ਆਪਾਂ ਖੇਡਦੇ ਹਾਂ ਜੀ ਅੰਤਾਕਸ਼ਰੀ। ਸੋ ਦੇਖਦੇ ਹਾਂ ਫਿਰ ਕਿਹੜਾ ਜਿੱਤਦਾ। ਹੁਣ ਦੇਖੋ ਜੀ, ਕੁੰਡੀਆਂ ਦੇ ਸਿੰਘ ਫਸਣਗੇ, ਹੁਣ ਦੇਖਦੇ ਹਾਂ ਵੀ ਕੌਣ ਜਿੱਤਦਾ। ਸੋ ਮੈਂ ਸ਼ੁਰੂ ਕਰਦਾ ਜੀ, ਤਿਆਰੀ ਹੋ? ਤਿਆਰ ਹੋ ਬਾਈ? ਆਪ ਤਿਆਰ ਹੈ ਜੀ? ਚਲੋ ਠੀਕ ਹੈ ਜੀ। ਟੁੱਟੀ ਫੁੱਟੀ ਟੋਕਰੀ ਆਏ ਨਾ ਕਿਸੇ ਕੰਮ। ਅੱਛਾ, ਪੰਜਾਬੀ ਚ ਹੋ ਗਿਆ, ਹੁਣ ਪੰਜਾਬੀ ਚ ਹੋ ਗਏ। ਟੁੱਟੀ ਫੁੱਟੀ ਟੋਕਰੀ ਆਏ ਨਾ ਕਿਸੇ ਕੰਮ, ਸ਼ੁਰੂ ਕਰੋ ਇੰਤਾਕਸ਼ਨੀ ਲੈ ਕੇ ਪ੍ਰਭੂ ਦਾ ਨਾਮ ਬੋਲੋ। ਰਾਮ 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 ਰਾਮ, ਕਿਹੜਾ ਗਾਊਗਾ ਪਹਿਲਾਂ? ਰਾਮ ਰਾਮ। ਅੱਛਾ ਚਲੋ ਮੁੰਡੇ, ਬਾਈ ਆਪਾਂ ਗਾਵਾਂਗੇ, ਆਪਾਂ ਗਾਵਾਂਗੇ, ਕੋਈ ਨੀ। ਪਿੱਤਰਾਂ ਦੀ ਛੱਤਰੀ ਤੋਂ ਉੱਡ ਗਈ, ਇਹਨਾਂ ਨੇ ਉਡਾਤੀ ਬਈ ਕਬੂਤਰੀ ਏ ਤੋਂ ਏ। ਆਓ ਵੀ ਲਖਨੋ, ਵਾਰੀ ਆ ਗਈ ਤੁਹਾਡੀ। ਸੋਹਣੀਏ ਨੀ, ਹੀਰੀਏ ਨੀ, ਰਾਂਝਣੇ ਨੀ, ਨਾ ਜਾਵੀ ਅਕਾ ਤੇਰੇ ਸਾਹਮਣੇ ਨੀ, ਸੋਹਣੀਏ ਨੀ, ਹੀਰੀਏ ਨੀ, ਰਾਂਝਣੇ ਨੀ, ਦੂਰ ਅਕਾ ਤੇਰੇ ਸਾਹਮਣੇ ਨੀ, ਨੀ ਇਹ ਤਾਂ ਵਾਰੀ ਆ ਗਈ ਜੀ ਤੁਹਾਡੀ। ਹਾਂਜੀ,
ਮੁੰਡੇ ਕਹਿੰਦੇ ਇਹਨਾਂ ਦੀ ਈ ਹੋ ਜਾਣੀ ਹੈ, ਦੇਖਿਓ ਕਿਤੇ ਈ ਨਾ ਹੋ ਜੇ। ਬਹੁਤ ਛੇਤੀ ਆ ਗਈ ਬਾਈ ਤੁਹਾਡੀ, ਇੰਨੇ ਜਣੇ ਤੁਸੀਂ ਦੇਖੋ ਤਾਂ ਹਾਰ ਨਾ ਜਾਓ। ਗੱਲ ਸੁਣ ਮੇਰੀ ਕੰਨ ਲਾ ਕੇ ਹੰਗਣੇ, ਕੋਈ ਵੀ ਆ ਕੇ ਤੈਨੂੰ ਮੰਗਣੇ, ਤੇਰੇ ਲਈ ਤੈਨੂੰ ਜਿੰਦ ਤੜੀ ਤੇ ਟਕਾਉਣੀਆਂ, ਤੇਰੇ ਲਈ ਤਾਂ ਜਿੰਦ ਤੜੀ ਤੇ ਟਕਾਉਣੀਆਂ ਨੀ, ਤੂੰ ਜੱਟ ਦੀ ਪਸੰਦ, ਜੱਟ ਦੀ ਪਸੰਦ ਲੈ ਲਿਓਣੀਆਂ, ਜੱਟ ਦੀ ਪਸੰਦ ਜੱਟ ਨੇ ਵੀ ਹੋਣੀਆਂ। ਆ ਆ ਆ ਆ ਤੋ ਆ ਜੱਟ ਦੀ ਪਸੰਦ, ਦੇਖਿਓ ਕਿਤੇ ਆ ਹੀ ਨਾ ਹੋ ਜਾਏ ਕਿਤੇ। ਦੇਖੇ ਜ਼ਰਾ ਕਿਸ ਮੇਂ ਕਿਤਨਾ ਹੈ ਦਮ, ਜਮ ਕੇ ਰੱਖਣਾ ਕਦਮ ਮੇਰੇ ਸਾਥੀਆ, ਅੰਬਰ ਸਰੀਆ ਮੁੰਡਿਆ ਵੇਖ ਜੀਆ, ਕਲੀਆਂ ਨਾ ਤੋੜ ਤੇਰੀ ਮਾਂ ਨੇ ਬੋਲੇ ਹੈ ਮੁੰਡੇ ਬੀਤੇ ਸੇ ਬੋਲ ਅੰਬਰ ਸਰੀਆ। ਤੇਰੇ ਮੇਰੇ ਪਿਆਰ ਕੇ ਚਰਚੇ ਹਰ ਜ਼ਬਾਨ ਪਰ, ਓਏ ਹੋਏ ਸਭ ਕੋ ਮਾਲੂਮ ਹੈ ਔਰ ਸਭ ਕੋ ਖਬਰ ਹੋ ਗਈ, ਲੋ ਕਿਆ ਅੱਜ ਕੱਲ ਤੇਰੇ ਮੇਰੇ ਪਿਆਰ ਕੇ ਚਰਚੇ ਹਰ ਜ਼ਬਾਨ ਪਰ, ਸਭ ਕੋ ਮਾਲੂਮ ਹੈ ਔਰ ਸਭ ਕੋ ਖਬਰ ਹੋ ਗਈ, ਲੋ ਕਿਆ ਯਾਰ ਅਨਮੁੱਲੇ ਹਵਾ ਦੇ ਬੁੱਲੇ ਜੀ ਪੂਰਾ ਕਰਦੇ ਜੋਨ ਜੀ ਪੜਦੇ ਸੁਣਾਈਆਂ ਰਾਈ ਜੋਨ ਮੇਰਾ ਜਵਾਨੀ ਵੀ ਸੀ ਨੀ ਲੜੇ ਲੜਾਈਆਂ ਨਾ ਹੋਣ ਪੜਾਈਆਂ ਕਾਨੀ ਕਰਨੀ ਕਿਸੇ ਦਾ ਡਰ ਨਾ ਡਰਨੀ ਗੁਲਾਬਾਂ ਵਰਗੀ ਉਹ ਰੋ ਜ਼ਿੰਦਗਾਨੀ ਬੜੇ ਚੇਤੇ ਆਉਂਦੇ ਨੇ ਯਾਰ ਅਨਮੁੱਲੇ ਲੱਕ ਤਿਰਕਦਾ ਜਾਵੇ ਤੇਰਾ ਹਾਏ ਨੀ ਕਸੂਰ ਸਾਰਾ ਉੱਚੀ ਅੱਡੀ ਹੀਰਾ ਦਾ ਉੱਚੀ ਅੱਡੀ ਹੀਰਾ ਦਾ ਦਿਲ ਫਿਸਲਦਾ ਜਾਵੇ ਤੇਰਾ ਹਾਏ ਨੀ ਕਸੂਰ ਸਾਰਾ ਉੱਚੀ ਅੱਡੀ ਹੀਰਾ ਦਾ ਉੱਚੀ ਅੱਡੀ ਹੀਰਾ ਦਾ। ਸੋ ਆਪਾਂ ਇੱਦਾਂ ਕਰਦੇ ਹਾਂ ਜੀ, ਤੁਸੀਂ ਨਹੀਂ ਹਾਰੇ, ਨਾ ਮੁੰਡੇ ਹਾਰੇ ਨਾ ਕੁੜੀਆਂ ਹਾਰੀਆਂ, ਜ਼ੋਰਦਾਰ ਤਾੜੀਆਂ ਬਾਈ ਆਪਣੇ ਲਈ। ਦੇਖੋ ਦੂਨ ਗਰੁੱਪ ਆਫ ਇੰਸਟੀਚਿਊਟ ਜਿਹੜਾ ਕਿ ਕਰਨਾਲ ਦੇ ਵਿੱਚ ਹੈ, ਕੰਟੀਨੀ ਮੰਡੀਰ ਦੇ ਪ੍ਰੋਗਰਾਮ ਦੇ ਵਿੱਚ, ਦੇਖੋ ਮੈਂ ਹੱਥ ਪੈਰ ਬੰਨ੍ਹ ਤੇ ਕਿ ਬਾਈ ਇਹਨਾਂ ਤੋਂ ਵੱਡਾ ਟੈਲੈਂਟਡ ਬੰਦਾ ਨਹੀਂ ਹੈਗਾ, ਨਾ ਇਹ ਹਾਰੇ ਹੈ। ਅੱਛਾ ਗਾਣਿਆਂ 'ਚ ਤਾਂ ਠੀਕ ਹੈ, ਹੁਣ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਵੀ ਇਹਨਾਂ ਨੂੰ ਅੰਗਰੇਜ਼ੀ ਕਿੰਨੀ ਗਾਉਂਦੀ ਹੈ। ਦੇਖੋ ਪਹਿਲਾਂ ਸਾਨੂੰ ਖੜ ਜਾਓ ਦੇਖੋ, ਪਹਿਲਾਂ ਸਾਨੂੰ ਅੰਗਰੇਜ਼ ਤੰਗ ਕਰਦੇ ਰਹੇ ਜੀ, ਹੁਣ ਸਾਨੂੰ ਅੰਗਰੇਜ਼ੀ ਤੰਗ ਕਰਦੀ ਹੈਗੀ ਨਹੀਂ। ਸੋ ਇੰਗਲਿਸ਼ ਦਾ ਮੈਂ ਇਹਨਾਂ ਤੋਂ ਸੈਂਟੈਂਸ ਮੈਂ ਇਹਨਾਂ ਨੂੰ ਪੁੱਛਦਾ, ਇਹਨਾਂ ਨੇ ਅੰਗਰੇਜ਼ੀ ਬੋਲਣੀ ਹੈ ਬਾਈ, ਮੈਂ ਤੁਹਾਨੂੰ ਪੰਜਾਬੀ 'ਚ ਦੱਸੂੰਗਾ, ਠੀਕ ਹੈ ਜੀ। ਕੋਈ ਨਹੀਂ ਆਪਾਂ ਕਰ ਲੈਂਦੇ ਹਾਂ ਗੱਲਬਾਤ। ਜਿਹੜਾ ਸੈਂਟੈਂਸ ਹੈਗਾ ਪੰਜਾਬੀ ਦਾ ਉਹ ਹੈਗਾ ਵੀ ਮੈਂ ਮਾਰੀ ਬੜਕ ਅਤੇ ਮੇਰੀ ਬੜਕ ਨਾ ਭੱਜ ਗਏ ਸਾਰੇ, ਮੈਂ ਮਾਰੀ ਬੜਕ ਮੇਰੀ ਬੜਕ ਨਾ ਭੱਜ ਗਏ ਸਾਰੇ। ਬਾਈ ਤੁਸੀਂ ਦੱਸੋ ਇੰਗਲਿਸ਼ ਦੇ ਵਿੱਚ। I am having gussa. ਨਹੀਂ I am having gussa. ਯਾਰ ਗੁੱਸਾ ਕਿੱਥੇ, ਬੜਕ ਕਿੱਥੇ? ਕਹਿੰਦੇ ਕੁੜੀਆਂ ਬਹੁਤ ਪੜ੍ਹਦੀਆਂ ਹੈ, ਹੁਸ਼ਿਆਰ ਹੈ, ਹਮੇਸ਼ਾ ਗਰਲਸ ਆਗੇ ਜਾਤੀ ਹੈ, ਤੇ ਮੈਂ ਮਾਰੀ ਬੜਕ ਮੇਰੀ ਬੜਕ ਨਾਲ ਸਾਰੇ ਭੱਜ ਗਏ। ਗੁੱਸਾ ਬੜਕ ਥੋੜੀ ਗੁੱਸੇ ਨੂੰ, ਬੜਕ ਦਾ ਬੰਦਾ ਭੰਗੜੇ ਨਾ ਮਾਰਦਾ, ਬੜਕ ਨਾ ਬੜਕ ਹੁਣ ਇਹ ਗੁੱਸਾ ਥੋੜੀ ਹੈ। ਨਹੀਂ ਨਹੀਂ ਸਕੋਲਡਡ, ਪਰ ਬਹੁਤ ਸੋਹਣੀ ਅੰਗਰੇਜ਼ੀ ਬੀਬੀ ਨੇ ਬੋਲ, ਬਹੁਤ ਸੋਹਣੇ ਹਰਾਓ ਆਈ ਸਕੋਲਜ ਸਕੂਲਡ ਕਰਕੇ ਬਹੁਤ ਸੋਹਣੀ। ਸੋ ਆ ਜਾਓ ਅੱਗੇ ਆ ਜਾਓ। ਮੈਂ ਮਾਰੀ ਬੜਕ ਮੇਰੀ ਬੜਕ ਨਾਲ ਸਾਰੇ ਭੱਜ ਗਏ, ਬੜਕ ਮਾਰਾ ਰਹਿਣ ਦੋ, ਇੱਦਾਂ ਠੀਕ ਹੈ ਬਾਈ। ਕਾਲੀ ਸ਼ਰਟ ਅੱਗੇ ਆਜੋ ਮੈਂ ਬੈਗ ਬੂਗ ਟੰਗੇ ਹੋਏ ਆ, ਲੈਕਚਰ ਲਾ ਕੇ ਆਏ ਆ, ਇੰਗਲਿਸ਼ ਦੇ ਵਿੱਚ ਦੱਸਣਾ ਵੀਰੇ, ਪੰਜਾਬੀ ਦਾ ਸੈਂਟੈਂਸ ਹੈ ਬਈ ਮੈਂ ਮਾਰੀ ਬੜਕ ਮੇਰੀ ਬੜਕ ਨਾਲ ਸਾਰੇ ਭੱਜ ਗਏ। ਔਖਾ ਕੰਮ ਵੀਰੇ ਔਖਾ, ਮੈਂ ਮਾਰੀ ਬੜਕ ਮੇਰੀ ਬੜਕ ਇਹ ਤਾਂ ਉਹੀ ਭੱਜੀ ਜਾਂਦੇ ਬਾਈ ਦੇਖੋ, ਮੈਂ ਮਾਰੀ ਬੜਕ ਤੇ ਮੇਰੀ ਬੜਕ ਨਾਲ ਸਾਰੇ ਭੱਜ ਗਏ। ਆਈ ਮੇਡ ਅ ਰੋਰ ਐਂਡ ਐਵਰੀਵਨ ਲੈਫਟ ਬਿਕੋਜ਼ ਆਫ ਮਾਈ ਰੋਰ। ਨਹੀਂ ਨਹੀਂ ਰੋਰ ਬੜਕ ਹੁੰਦੀ ਹੈ, ਹੋਰ ਕੀ ਹੋ ਗਿਆ। ਨਹੀਂ ਸ਼ੇਰ ਬੜਕ ਥੋੜੀ ਮਾਰਦਾ,
ਉਹਨੂੰ ਦਹਾੜਨਾ ਕਹਿੰਦੇ ਆ, ਸ਼ੇਰ ਦਹਾੜਦਾ ਹੈ, ਸ਼ੇਰ ਵੜਕ ਨਹੀਂ ਮਾਰਦਾ। ਟਿਪੀਕਲ ਤਾਂ ਨਹੀਂ ਪਤਾ ਭਾਈ, ਇਹ ਪਤਾ ਕਰਨਾ ਵੀਰੇ। ਚਲੋ ਠੀਕ ਹੈ, ਬਾਈ ਨੇ ਕੋਸ਼ਿਸ਼ ਕੀਤੀ, ਜ਼ੋਰਦਾਰ ਤਾੜੀਆਂ ਮੇਰੇ ਲਈ, ਵੀਰੇ ਜਿੱਤ ਗਿਆ। ਸੋ ਬਹੁਤ ਮਜ਼ਾ ਆਉਂਦਾ ਪਿਆ ਜੀ ਇਹਨਾਂ ਮੁੰਡੇ ਕੁੜੀਆਂ ਨਾਲ, ਸੋਹਣੇ ਸੋਹਣੇ। ਕੰਟੀਨ ਦੇ ਬਾਹਰ ਮੈਂ ਮਾਰੀ ਵੜਕ, ਮੇਰੀ ਵੜਕ ਨਾਲ ਸਾਰੇ ਭੱਜ ਗਏ, ਕੁਛ ਹੋਇਆ ਸੀਗਾ। ਸੋ ਕੁੜੀਓ ਮੈਨੂੰ ਦੱਸੋ ਵੀ ਤੁਸੀਂ ਕਿਸੇ ਦੀ ਫਰੈਂਡ ਦੀ, ਕੋਈ ਸਹੇਲੀ ਦੀ ਕੋਈ ਛੇੜ ਪਾਈ ਹੈ? ਮੈਂ ਤਾਂ ਨਹੀਂ ਪਾਈ। ਅੱਛਾ ਤੁਸੀਂ ਨਹੀਂ ਪਾਈ, ਤੁਹਾਡੀ ਪਈ ਹੈ ਕੋਈ? ਨਹੀਂ 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 ਡਰ ਗਈ ਕੁੜੀਆ, ਤੁਸੀਂ ਪਾਈ ਹੈ ਜੀ? ਤੁਸੀਂ ਜੀ ਇਹ ਦੱਸ ਜਾਂ ਨਹੀਂ? ਦੇਖੋ ਭੈਣਾਂ ਜੀ, ਬਹੁਤ ਪਿਆਰ, ਬਹੁਤ ਜ਼ਿਆਦਾ ਪਿਆਰ ਹੈ ਭੈਣਾਂ 'ਚ। ਦਰਸ਼ਨ ਕਰਾਓ। ਕਲਾਸ ਦੇ ਵਿੱਚ ਕੁੜੀਆਂ ਜ਼ਿਆਦਾ ਪੜ੍ਹਦੀਆਂ ਕਿ ਮੁੰਡੇ? ਸੱਚ ਦੱਸਿਓ। ਕੁੜੀਆਂ ਦੇ ਤੇ ਨਖਰੇ ਕੌਣ, ਨਖਰੇ ਕੌਣ ਵੱਧ ਦਿਖਾਉਂਦੀਆਂ? ਕੋਈ ਨਖਰਾ ਦਿਖਾ ਸਕਦਾ ਕੁੜੀ ਦਾ ਵੀ ਕੁੜੀ ਨਖਰੇ ਕਿਵੇਂ ਮਾਰਦੀ ਹੈ? ਰੋਹਿਤ ਰੋਹਿਤ ਦਿਖਾ। ਹਾਂ ਦੇਖਿਓ ਬਾਈ, ਕੁੜੀ ਨਖਰੇ ਕਿਵੇਂ ਮਾਰਦੀ ਹੈ? ਆ ਜਾ ਆ ਜਾ। ਅੱਛਾ ਇੱਕ 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 ਨਖਰਾ ਦਿਖਾ ਦੇ। ਸਪੋਜ਼ ਕਰ ਤੂੰ ਕੁੜੀ ਹੈ, ਇੱਕ ਨਖਰਾ ਉੱਧਰ ਦੇਖ ਕੇ ਦਿਖਾ ਦੇ, ਇੱਕ ਨਖਰਾ ਕੁੜੀ ਦਾ। ਸੋ ਰੱਬ ਤਰੱਕੀ ਬਖਸ਼ੇ ਜੀ ਇਹਨਾਂ ਸਾਰਿਆਂ ਨੂੰ, ਇਹਨਾਂ ਦੇ ਠੁਮਕਿਆਂ ਨੂੰ ਅਤੇ ਇਹਨਾਂ ਦੇ ਨਖਰਿਆਂ ਨੂੰ। ਬਹੁਤ ਸੋਹਣੇ, ਬਹੁਤ ਚੰਗੇ, ਬਹੁਤ ਟੈਲੈਂਟਡ ਮੁੰਡੇ ਕੁੜੀਆਂ ਨੇ ਜੀ ਆਪਣਾ ਕਰਨਾਲ ਇੰਸਟੀਚਿਊਟ ਦੇ ਵਿੱਚ। ਅਤੇ ਮਿਲਦੇ ਹਾਂ ਜੀ ਇੱਕ ਨਿੱਕੇ ਜੇ ਪਿਆਰ ਅਤੇ ਸਤਿਕਾਰ ਜੀ ਤੁਹਾਨੂੰ ਸਾਰਿਆਂ ਨੂੰ। ਪ੍ਰੋਗਰਾਮ ਕੰਟੀਨੀ ਮੰਡੀਰ ਅਸੀਂ ਆਏ ਹੋਏ ਹਾਂ ਜੀ ਦੂਨ ਕਾਲਜ ਕਰਨਾਲ ਦੇ ਵਿੱਚ। ਦੇਖੋ ਜੀ ਅਸੀਂ, ਮੈਂ ਤੁਹਾਨੂੰ ਦੱਸਦਾ ਵੀ ਛੋਟੇ ਹੁੰਦੇ ਅਸੀਂ ਆਹ ਬਹੁਤ ਖਾਂਦੇ ਸੀਗੇ, ਜਿਹੜੀਆਂ ਰੰਗ ਬਿਰੰਗੀਆਂ, ਇਹਨਾਂ ਨੂੰ ਗੋਲੀਆਂ ਪੰਜਾਬੀ ਭਾਸ਼ਾ 'ਚ ਕਹਿ ਦਈਏ ਅਤੇ ਅੰਗਰੇਜ਼ੀ ਦੇ ਵਿੱਚ ਇਹਨਾਂ ਨੂੰ ਕਹਿੰਦੇ ਆ ਜੀ ਜੈਮਸ। ਸੋ ਗੇਮ ਅਸੀਂ ਹੁਣ ਇਹਨਾਂ ਨਾਲ ਖੇਡਾਂਗੇ ਅਤੇ ਸਾਡੇ ਕੋਲ ਚਾਰ ਟੀਮਾਂ ਨੇ ਜਿਹਦੇ ਵਿੱਚ ਦੋ ਦੋ ਅਸੀਂ ਪਾਰਟਨਰ ਰੱਖੇ ਹੋਏ ਨੇ। ਅਤੇ ਪਹਿਲਾਂ ਅਸੀਂ ਇਹਨਾਂ ਨਾਲ ਇੰਟਰੋਡਕਸ਼ਨ ਕਰ ਲਈਏ ਵੀ ਹੈ ਕੌਣ ਕੌਣ, ਨਾਂ ਜਾਣ ਲਈਏ। ਤੁਹਾਡਾ ਨਾਮ ਜੀ? ਸ਼ੁਭਮ, ਮੇਰਾ ਨਾਮ ਆਸ਼ੀਮਾ। ਸ਼ੁਭਮ ਅਤੇ ਆਸ਼ੀਮਾ, ਟੀਮ ਨੰਬਰ ਏ, ਜ਼ੋਰਦਾਰ ਤਾੜੀਆਂ ਜਿਹਨਾਂ ਲਈ। ਟੀਮ ਨੰਬਰ ਬੀ, ਹਾਂਜੀ, ਹਰਪ੍ਰੀਤ, ਚਯਨ। ਹਰਪ੍ਰੀਤ ਅਤੇ ਚਯਨ ਜੀ, ਇਹ ਹੈਗੇ ਜੀ ਟੀਮ ਨੰਬਰ ਬੀ। ਬਹੁਤ ਪਿਆਰਾ ਨਾਮ ਹੈ ਚਯਨ। ਸੋ ਟੀਮ ਨੰਬਰ ਤੀਜੀ ਯਾਨੀ ਕਿ ਸੀ ਅੰਸ਼ੁਲਾ, ਰੋਹਿਤ, ਅੰਸ਼ੁਲਾ ਐਂਡ ਰੋਹਿਤ ਟੀਮ ਨੰਬਰ ਸੀ, ਜ਼ੋਰਦਾਰ ਤਾੜੀਆਂ ਮੇਰੀ ਤੀਜੀ ਟੀਮ ਲਈ। ਅਤੇ ਚੌਥੀ ਟੀਮ ਦੇ ਵਿੱਚ ਅਮਿਤਾਭ ਬੱਚਨ ਜਿੱਡਾ ਕੱਦ ਬਾਈ ਦਾ, ਓਏ ਗੌਰਵ, ਗੌਰਵ, ਨਵਨੀਤ, ਗੌਰਵ ਅਤੇ ਨਵਨੀਤ, ਬਸ ਨੰਨੇ ਅਤੇ ਰੜ ਦਾ ਫਰਕ ਰਹਿ ਗਿਆ, ਰਵਨੀਤ ਹੋਣਾ ਸੀਗਾ ਨਹੀਂ ਤਾਂ। ਇਹਨਾਂ ਦੀ ਚੌਥੀ, ਜ਼ੋਰਦਾਰ ਤਾੜੀਆਂ ਜੀ ਚੌਥੀ ਟੀਮ ਲਈ। ਅਤੇ ਕਰਨਾ ਹੁਣ ਕੀ ਹੈ, ਕਰਨਾ ਬਾਈ ਸਾਰੇ ਸੁਣ ਲਓ, ਤੁਸੀਂ ਵੀ ਸੁਣ ਲਓ ਅਤੇ ਜਿਹੜੇ ਦੇਖ ਰਹੇ ਨੇ ਦਰਸ਼ਕ ਟੀ ਵੀ ਦੇ ਉੱਤੇ। ਕਰਨਾ ਇੱਦਾਂ ਵੀ ਇੱਕ ਜਣਾ ਹਜੇ ਇਹਨਾਂ ਵਿੱਚੋਂ ਇੱਕ ਪਾਰਟਨਰ, ਪਹਿਲਾਂ ਕੁੜੀਆਂ ਖੇਡਣਗੀਆਂ, ਠੀਕ ਹੈ ਜੀ? ਚਾਰੇ ਟੀਮਾਂ ਦੀਆਂ ਕੁੜੀਆਂ ਸੁਣ ਲਓ, ਪਹਿਲਾਂ ਕੁੜੀਆਂ ਖੇਡਣਗੀਆਂ। ਜਿਹੜਾ ਆਹ ਸਪੂਨ ਹੈਗਾ, ਜਿਹੜਾ ਚਮਚਾ ਹੈਗਾ, ਉਹਨਾਂ ਨੇ ਮੂੰਹ ਦੇ ਵਿੱਚ ਪਾਉਣਾ ਅਤੇ ਇੱਕ ਇੱਕ ਕਰਕੇ ਸਿੰਗਲ ਸਿੰਗਲ ਕਰਕੇ ਜੈਮ, ਯਾਨੀ ਕਿ ਜਿਹੜੀ ਜੈਮੀ ਕਹਿੰਦੇ ਹੁੰਦੇ ਆਪਾਂ, ਹਾਂ ਕਰ ਲਓ ਚਲੋ, ਅਤੇ ਇੱਕ ਇੱਕ ਕਰਕੇ ਜਿਹੜੀ ਗੋਲੀ ਹੈਗੀ ਆ ਉਹ ਦੂਜੀ ਪਲੇਟ ਦੇ ਵਿੱਚ ਪਲਟਾਉਣੀ ਹੈ, ਯਾਨੀ ਕਿ ਦੂਜੀ ਪਲੇਟ ਦੇ ਵਿੱਚ ਰੱਖਣੀ ਹੈ। ਮਾਰੋ ਮਾਰੋ ਢਕਾਰ ਮਾਰੋ ਦੱਬ ਕੇ, ਅਤੇ ਦੂਜੀ ਪਲੇਟ ਦੇ ਵਿੱਚ ਇਹਨਾਂ ਨੂੰ ਭੁੱਖ ਲੱਗ ਰਹੀ ਹੈ, ਖਾ ਲਿਓ, ਤੁਹਾਡਾ ਹੀ ਹੈ, ਦੂਜੀ ਪਲੇਟ ਦੇ ਵਿੱਚ ਪਾਉਣੀ ਹੈ। ਸੋ ਜਿਹੜਾ ਵੱਧ ਗੋਲੀਆਂ ਪਾ ਗਿਆ ਭਾਈ ਉਹ ਜਿੱਤ ਜੂਗਾ। ਅਸੀਂ ਦੋ ਵਿਨਰ ਕੱਢਾਂਗੇ, ਪਹਿਲਾਂ ਕੁੜੀਆਂ ਦਾ ਮੁਕਾਬਲਾ ਹੋਊਗਾ ਹਰੇਕ ਟੀਮ ਦੇ ਵਿੱਚੋਂ, ਫਿਰ ਮੁੰਡਿਆਂ ਦਾ। ਤਿਆਰੀ ਹੈ ਬਾਈ? ਮੈਂ ਟਾਈਮ ਦੱਸਦਾ ਜੀ, ਦੋ ਮਿੰਟ ਹੋਣਗੇ, ਦੋ ਮਿੰਟ ਹੋਣਗੇ ਤੁਹਾਡੇ ਕੋਲ। ਜਿਹੜਾ ਨਾਲ ਦਾ ਪਾਰਟਨਰ ਹੈ ਉਹ ਜਿੰਨਾ ਚਿਰ ਤੱਕ ਵਿਹਲਾ ਖੜਾ ਪਹਿਲੀ ਗੇਮ 'ਚ ਉਹਨਾਂ ਨੂੰ ਮੋਟੀਵੇਟ ਕਰੇ, ਠੀਕ ਹੈ ਜੀ? 5, 4, 3, 2, 1 ਚੱਕ ਲਓ ਜੀ, ਚੱਕ ਲਓ, ਕਰ ਦਿਓ ਕੰਮ ਸ਼ੁਰੂ। ਸ਼ਾਬਾਸ਼, ਖਿੱਚ ਦਿਓ, ਖਿੱਚ ਦਿਓ, ਖਿੱਚ ਦਿਓ, ਖਿੱਚ ਦਿਓ, ਖਿੱਚ ਦਿਓ, ਸ਼ਾਬਾਸ਼, ਸ਼ਾਬਾਸ਼, ਸ਼ਾਬਾਸ਼। ਦੇਖਿਓ, ਦੇਖੋ, ਆਰਾਮ ਨਾਲ, ਆਰਾਮ ਨਾਲ ਤਾੜੀ ਤੂੜੀ ਲਾਓ ਭਾਈ, ਮੋਟੀਵੇਟ ਕਰੋ ਯਾਰ, ਤੂੰ ਠੰਡੇ ਹੋਏ ਨੇ, ਖਿੱਚ ਕੇ ਰੱਖੋ ਕੰਮ। ਆ ਦੇਖ, 10 ਸੈਕਿੰਡ ਰਹਿ ਗਏ ਜੀ, 10 ਸੈਕਿੰਡ, 5, 4, 3, 2, 1 ਆਜੀ, ਬਾਤ ਬਾਤ ਬਾਤ, ਜ਼ੋਰਦਾਰ ਤਾੜੀਆਂ। ਸੋ ਆਪਾਂ ਗੱਲ ਕਰੀਏ ਜੇ ਟੀਮ ਨੰਬਰ ਏ ਦੀ, ਦੇਖੋ ਜੀ 4 ਔਰੇਂਜ, ਠੀਕ ਹੈ ਜੀ, 1, 2, 3, 4 5 ਨੀਲੀਆਂ, 5 4 ਕਿੰਨੀਆਂ ਹੋ ਗਈਆਂ, 9, 14 ਟੀਮ ਨੰਬਰ ਏ 14 ਜੀ।
ਹੁਣ ਟੀਮ ਬੀ ਦੀ ਗੱਲ ਕਰੀਏ 16, 17, 18 ਤੇ 19 ਸੋ ਇੱਧਰ 2, 2, 4 21, 22, 23, 24 ਤੇ 25 5, 2, 7 8, 9, 10, 11, 12, 13, 14 15, 16, 17, 18, 19, 20 ਜੀ 20 ਟੀਮ ਨੰਬਰ ਡੀ 20 ਸੋ ਮਿੱਤਰੋ ਕੁੜੀਆਂ ਨੇ ਤਾਂ ਆਪਣਾ ਜ਼ੋਰ ਦਿਖਾਤਾ ਭਾਈ ਹੈ ਨਾ ਜਿੰਨੇ ਕਿ ਇਹਨਾਂ ਨੇ ਕੱਢਣੀ ਕਰਤੇ ਹੁਣ ਵਾਰੀ ਮੁੰਡਿਆਂ ਦੀ ਵੀਰੇ ਚਮਚੇ ਪਾ ਲਓ ਜੀ ਮੂੰਹ 'ਚ ਜਿਵੇਂ ਕਰੀਏ ਸ਼ੁਰੂ ਰੇਡੀਓ ਮੈਂ ਤੁਹਾਨੂੰ ਦੱਸ ਦਿੰਦਾ ਜੀ 5, 4, 3, 2, 1 ਚੱਕ ਲਓ ਚੱਕ ਲਓ ਧਰ ਲਓ ਸ਼ਾਬਾਸ਼ ਕਰ ਲਓ ਖਿੱਚ ਕੇ ਤਾੜੀਆਂ ਬਾਈ ਮੋਟੀਵੇਟ ਕਰੋ ਮੋਟੀਵੇਟ ਯਾਰ ਮੁੰਡਿਆਂ ਨੂੰ ਜ਼ੋਰਦਾਰ ਤਾੜੀਆਂ ਜ਼ੋਰਦਾਰ ਯਾਰ ਤਾੜੀਆਂ ਮਾਰੋ ਮੁੰਡਿਆਂ ਦੀ ਯਾਰ ਜ਼ੋਰਦਾਰ ਇੱਕ ਇੱਕ ਕਰਕੇ ਸ਼ਾਬਾਸ਼ ਉਹ ਦੋ ਨਹੀਂ ਪਾਣੇ ਇੱਕ ਇੱਕ ਪਾਉਣਾ ਲਓ ਜੀ 10 ਸੈਕਿੰਡ ਰਹਿ ਗਏ ਜੀ 10 ਸੈਕਿੰਡ 5, 4, 3, 2, 1 ਹਾਂਜੀ ਬਹੁਤ ਹਰੇਕ ਵਾਂਗ ਦੀ ਤਰ੍ਹਾਂ ਮੁੰਡੇ ਹਮੇਸ਼ਾ ਜਿਵੇਂ ਡਿਫਾਲਟਰ ਹੁੰਦੇ ਨੇ ਜਿਵੇਂ ਕਲਾਸ 'ਚੋਂ ਬਾਹਰ ਕੱਢੇ ਜਾਂਦੇ ਨੇ ਉਵੇਂ ਹੀ ਗੇਮ ਦੇ ਵਿੱਚ ਵੀ ਮੁੰਡੇ ਡਿਫਾਲਟਰ ਨੇ ਜ਼ੋਰਦਾਰ ਤਾੜੀਆਂ ਕੁੜੀਆਂ ਬਹੁਤ ਸਿਆਣੀਆਂ ਨੇ ਇਹਨਾਂ ਨੇ ਇੱਕ ਇੱਕ ਜਿਮਸ ਪਾਇਆ ਸੀ ਪਰ ਮੁੰਡੇ ਵਿੱਚ ਖਾਈ ਵੀ ਗਏ ਤੇ 4-4 ਉੱਧਰ ਪਾਈ ਵੀ ਗਏ ਸੋ ਟੀਮ ਏ 1, 2, 3, 4, 5, 6 21, 22, 23, 24 25, 26 ਕਿੰਨੀਆਂ ਹੋ ਗਈਆਂ ਜੀ ਆਪਣੀਆਂ 26 ਆਹ ਕੋਈ ਸਮਝ ਨਹੀਂ ਆ ਰਿਹਾ ਮੈਨੂੰ ਆਹ 3 ਆਹ 3 ਭੈਣਾਂ ਇੱਥੇ ਬੈਠੀਆਂ 2 ਇੱਧਰ ਬੈਠੀਆਂ ਸੋ ਆਹ ਮਾਸੀ ਦੇ ਮੁੰਡੇ 2 ਕਿੱਧਰ ਫਿਰ ਰਹੇ ਆ ਇਹ ਕੰਮ ਥੋੜ੍ਹਾ ਖਰਾਬ ਹੈ ਤੁਹਾਡਾ ਇੱਧਰ ਕੀ ਕੀਤਾ ਇਹਨਾਂ ਨੇ ਅੱਧੀਆਂ ਖਾ ਵੀ ਲਈਆਂ ਮੈਨੂੰ ਤਾਂ ਦੇਖੋ ਆਹ ਦੇਖੋ 1, 2, 3, 2, 5, 6, 7, 8, 9, 10, 11 12, 13, 14, 15, 16, 17, 18, 19 19 ਜੀ ਜ਼ੋਰਦਾਰ ਤਾੜੀਆਂ ਜੀ 19 ਮੈਨੂੰ ਇਹ ਨਹੀਂ ਸਮਝ ਆਇਆ ਵੀ ਇੱਧਰੋਂ ਇੱਧਰ ਕੱਢੀਆਂ ਹੈ ਕਿ ਇੱਧਰੋਂ ਇੱਧਰ ਕੱਢੀਆਂ ਇੱਧਰੋਂ ਇੱਧਰ ਕੱਢੀਆਂ 24, 25, 26, 27 ਤੇ 28 28 ਟੀਮ ਜਿੱਤੀਆਂ ਨੇ ਜੀ ਸੋ ਬਹੁਤ ਵਧੀਆ ਪਰਫਾਰਮ ਕੀਤਾ ਜੀ ਮੁੰਡੇ ਕੁੜੀਆਂ ਨੇ ਅਤੇ ਜਿਹੜੇ ਜਿੱਤੇ ਨੇ ਅਸੀਂ ਉਹਨਾਂ ਨੂੰ ਵੀ ਇਨਾਮ ਦੇਵਾਂਗੇ ਅਤੇ ਜਿਹੜੇ ਖੇਡੇ ਨੇ ਕਿਉਂਕਿ ਖਿਡਾਰੀਆਂ ਦਾ ਉਹਨਾਂ ਨੂੰ ਵੀ ਮਾਨ ਸਨਮਾਨ ਉਹਨਾਂ ਨਾਲ ਬਣਦਾ ਸੋ ਆ ਲਓ ਜੀ ਗਿਫਟ ਥੈਂਕ ਯੂ ਜੀ ਥੈਂਕ ਯੂ ਡੂਨ ਕਾਲਜ ਕਰਨਾਲ ਇਹਨੂੰ ਆਪਾਂ 2 ਦਿੰਦੇ ਹਾਂ ਜੀ ਆਹ ਦੇਖੋ ਜੀ ਆ ਲਓ ਜੀ ਜ਼ੋਰਦਾਰ ਤਾੜੀਆਂ ਬਾਈ ਜੀ ਸੋ ਕਾਲਜ ਦੇ ਸਟਾਫ ਮੈਂਬਰ ਸਾਡੇ ਪ੍ਰੋਫੈਸਰ ਸਾਹਿਬਾਨ ਉਹ ਸਾਡੇ ਨਾਲ ਜੁੜੇ ਨੇ ਆਓ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਨਾਮ ਜੀ ਗੁਰਵਿੰਦਰ ਸਿੰਘ ਗੁਰਵਿੰਦਰ ਸਰ ਤੁਸੀਂ ਮੈਨੂੰ ਇਹ ਦੱਸੋ ਵੀ ਬੱਚੇ ਤੁਹਾਡੇ ਬਹੁਤ ਟੈਲੈਂਟਡ ਵੀ ਨੇ ਹੁਸ਼ਿਆਰ ਵੀ ਨੇ ਤੁਸੀਂ ਦੇਖ ਲਿਆ ਹਾਂ ਸ਼ਰਾਰਤੀ ਵੀ ਨੇ ਤੇ ਕੀ ਕਹਿਣਾ ਚਾਹੋਗੇ ਇਹਨਾਂ ਬੱਚਿਆਂ ਬਾਰੇ ਦੇਖੋ ਸਰ ਹਰ ਇੱਕ ਕੰਮ ਵਿੱਚ ਅੱਜ ਕੱਲ੍ਹ ਦੇ ਬੱਚੇ ਅੱਗੇ ਨੇ ਜੀ ਤੁਸੀਂ ਐਕਟੀਵਿਸਟ ਦੇਖ ਲਈ ਨੇ ਬਿਲਕੁਲ ਜੀ ਜਿੱਦਾਂ ਇਹ ਨੇ ਜਿੱਦਾਂ ਸਟੂਡੈਂਟਸ ਆਪਣਾ ਪੜ੍ਹਾਈ ਦੇ ਵਿੱਚ ਵੀ ਬਹੁਤ ਤੇਜ਼ ਨੇ ਮੈਮ ਤੁਹਾਡਾ ਨਾਮ ਜੀ ਰੁਚੀ ਰੁਚੀ ਮੈਮ ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਤੁਸੀਂ ਪੜ੍ਹਦੇ ਸੀਗੇ ਉਸ ਟਾਈਮ ਤੇ ਅੱਜ ਦੇ ਟਾਈਮ ਦੇ ਬੱਚਿਆਂ ਦੇ ਵਿੱਚ ਜ਼ਿਆਦਾ ਡਿਫਰੈਂਸ ਕੀ ਲੱਗ ਰਿਹਾ ਤੁਹਾਨੂੰ ਮੇਨ ਤਾਂ ਇਹ ਡਿਫਰੈਂਸ ਹੈ ਸਰ ਕਿ ਉਸ ਟਾਈਮ ਹਮ ਟੀਚਰਸ ਕੀ ਬਹੁਤ ਰਿਸਪੈਕਟ ਕਰਤੇ ਥੇ ਅੱਛਾ ਜੀ ਅੱਜ ਕੱਲ ਕੇ ਬੱਚੇ ਸ਼ਾਇਦ ਇਤਨੀ ਰਿਸਪੈਕਟ ਨਹੀਂ ਕਰਤੇ ਦੇਖੋ ਬੱਚਿਓ ਮੈਡਮ ਨੇ ਕਿਹਾ ਅੱਜ ਕੱਲ ਕੇ ਬੱਚੇ ਰਿਸਪੈਕਟ ਨਹੀਂ ਕਰਦੇ ਰਿਸਪੈਕਟ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਮੇਰੇ ਪਹਿਲੇ ਸਤਿ ਸ਼੍ਰੀ ਅਕਾਲ ਬੁਲਾਤੀ ਜੀ ਤੇ ਮੈਮ ਤੁਸੀਂ ਆਪਣਾ ਐਕਸਪੀਰੀਅੰਸ ਦੱਸੋ ਜੀ ਇਸ ਕਾਲਜ ਦੇ ਯਹਾਂ ਕੇ ਸਟੂਡੈਂਟਸ ਦੇ ਆਰ ਟੈਲੈਂਟਡ ਇਨ ਬੋਥ ਐਜੂਕੇਸ਼ਨ ਮੇ ਬੀ ਐਜ਼ ਵੈਲ ਐਜ਼ ਇਨ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਜੀ ਐਂਡ ਫਰਮ ਮਾਈ ਸਾਈਡ ਆਈ ਵੁੱਡ ਲਾਈਕ ਟੂ ਵਿਸ਼ ਥੈਮ ਆਲ ਦ ਵੈਰੀ ਬੈਸਟ ਫਾਰ ਯੋਰ ਫਿਊਚਰ ਸੋ ਬਹੁਤ ਵਧੀਆ ਲੱਗਿਆ ਜੀ ਗੱਲ ਕਰਕੇ ਸਟਾਫ ਮੈਂਬਰਸ ਨਾਲ ਤੇ ਆ ਬਾਈ ਸੀ ਇੱਕ ਪਿੱਛੋਂ ਪੀਲੀ ਜੀ ਐਨਕ ਵਾਲਾ ਇਹਨੇ ਮੈਨੂੰ ਬਹੁਤ ਚੁੰਡੀਆਂ ਮਾਰੀਆਂ ਤੇ ਹਾਂ ਇਹ ਕਹਿੰਦਾ ਨਹੀਂ ਕਵਿਤਾ ਗਾਣੀ ਹੀ ਗਾਣੀ ਹੈ ਕਵਿਤਾ ਤੋਂ ਬਿਨਾਂ ਮੈਂ ਨਹੀਂ ਰਹਿ ਸਕਦਾ ਕਵਿਤਾ ਇਸ ਕੀ ਕਵਿਤਾ ਹੈ ਸੋ ਸੁਣਾਓ ਜੀ ਪੋਇਟਰੀ ਸੁਣਾਓ ਕਵਿਤਾ ਸੁਣਾਓ ਇੱਕ ਵੇ ਦਿਲ ਦੀ ਦੁਨੀਆ 'ਚ ਤੇਰੇ ਬਾਜੋਂ ਜੇ ਮੈਂ ਕੋਈ ਵਸਾਵਾਂ ਤੇ ਕਾਫੀ ਰਾਖੀ ਜੇ ਮੈਂ ਤੇਰੀ ਚੋਖਟ ਤੋਂ ਕਦੇ ਸਰ ਉਠਾਵਾਂ ਤੇ ਕਾਫੀ ਰਾਖੀ ਜੇ ਮੇਰੀ ਪੂਜਾ 'ਚ ਫਰਕ ਆਵੇ ਤੇ ਇਜਾਜ਼ ਖੰਜਰ ਦੀ ਲੋੜ ਕਾਈ ਨਹੀਂ ਅੱਛਾ ਜੀ ਖੁਦਾ ਗਵਾਹ ਹੈ ਜੇ ਤੂੰ ਅਕਬਰਤ ਲੈ ਮੈਂ ਮਰ ਨਾ ਜਾਵਾਂ ਤੇ ਕਾਫੀ ਰਾਖੀ ਆਏ ਹਾਏ ਨਾ ਨਾ ਨਾ
ਅਰਬਾ ਮਰੀਨਾ ਤੇਰੇ ਮੈਂ ਪੈਰੀ ਪੈਣਾ ਮਰੀਨਾ ਹੁਣ ਸਾਨੂੰ ਦੋ ਜੀ ਜ਼ਿਆਦਾ ਦੱਸੇ ਜਾਣ ਨੂੰ ਦਿਲ ਤਾਂ ਨਹੀਂ ਕਰਦਾ ਦੇਖੋ ਇੰਨੇ ਸੋਹਣੇ ਸੋਹਣੇ ਖੇਡੇ ਆ ਨਾ ਇਹ ਥੱਕੇ ਨਾ ਮੈਂ ਥੱਕਿਆ ਸੋ ਪਾਣੀ ਪੂਣੀ ਪੀ ਕੇ ਅਸੀਂ ਵਧੀਆ ਗੇਮਾਂ ਖੇਡੀਆਂ ਸੋ ਅਗਲੀ ਵਾਰ ਇੱਕ ਨਵੇਂ ਕਾਲਜ ਦੇ ਵਿੱਚ ਕੰਟੀਨੀ ਮੰਡੀਰ ਲੈ ਕੇ ਹਾਜ਼ਰ ਹੋਊਗਾ ਜੀ ਹੁਣ ਦੋ ਜੀ ਆਪਣੇ ਰਵਨੀਤ ਨੂੰ ਇਜਾਜ਼ਤ ਆ ਮਿੱਤਰੋ ਇੱਕ ਬੜਕ ਮਾਰ ਦੀਏ